ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ, ਹਾਜ਼ਰ ਹਾਂ ਜੀ ਹੁਣ ਤੱਕ ਦੀਆਂ ਮੁੱਖ ਖਬਰਾਂ ਲੈ ਕੇ। ਪਹਿਲੀ ਖਬਰ ਜਿਹੜੀ ਉਹ ਹੈ ਕਣਕ ਦੇ ਬਾਰੇ 'ਚ। ਘਰਾਂ 'ਚ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਬੋਨਸ ਮਿਲਦਾ ਵਿਖਾਈ ਨਹੀਂ ਦੇ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਮੋਦੀ ਸਰਕਾਰ 'ਤੇ ਪਾ ਦਿੱਤੀ ਹੈ, ਪਰ ਕੇਂਦਰ ਨੇ ਅਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਭਰਿਆ। ਉੱਧਰ ਕਿਸਾਨ ਦੁਚਿੱਤੀ ਵਿੱਚ ਹਨ ਕਿ ਆਖਿਰ ਸਰਕਾਰ ਨੇ ਇੱਕ ਵਾਰ ਪ੍ਰਚਾਰ ਕਰਕੇ ਇਸ ਬਾਰੇ ਅਜੇ ਤੱਕ ਕੋਈ ਫੈਸਲਾ ਕਿਉਂ ਨਹੀਂ ਲਿਆ। ਉਂਝ ਕੈਪਟਨ ਨੇ ਇੱਕ ਵਾਰੀ ਫਿਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨ ਮਈ ਮਹੀਨੇ ਵਿੱਚ ਕਣਕ ਵੇਚਣਗੇ ਉਹਨਾਂ ਨੂੰ ਪ੍ਰਤੀ ਕੁਇੰਟਲ 100 ਰੁਪਏ ਬੋਨਸ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਕਿਸਾਨ 31 ਮਈ ਤੋਂ ਬਾਅਦ ਕਣਕ ਵੇਚਣਗੇ ਉਹਨਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ। ਪੰਜਾਬ ਸਰਕਾਰ ਕਿਸਾਨਾਂ ਨੂੰ ਓਲਾ ਐਪ ਰਾਹੀਂ ਕਰੇਗੀ ਈ ਪਾਸ ਜਾਰੀ। ਓਲਾ ਐਪ ਕਿਸਾਨਾਂ ਦੇ ਮੋਬਾਈਲ ਫੋਨ 'ਚ ਡਾਊਨਲੋਡ ਕਰਨੀ ਹੋਵੇਗੀ ਅਤੇ ਭੀੜ ਨੂੰ ਰੋਕਣ ਲਈ ਮੰਡੀ ਵਿੱਚ ਭੀੜ ਵਾਲੇ ਏਰੀਏ ਦੀ ਇਸ ਐਪਲੀਕੇਸ਼ਨ ਰਾਹੀਂ ਜਿਹੜਾ ਉਹ ਜਾਣਕਾਰੀ ਮਿਲੇਗੀ। ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਐਪਲੀਕੇਸ਼ਨ ਵਿੱਚ ਇੱਕ ਡੈਸ਼ਬੋਰਡ ਪਾਸ ਜਾਰੀ ਕਰਨ, ਮਿਆਦ ਮੁੱਕਣ ਅਤੇ ਇਸ ਦੀ ਪ੍ਰਮਾਣਿਕਤਾ ਬਾਰੇ ਚੇਤਾਵਨੀ ਭੇਜਦਾ ਰਹੇਗਾ। ਇਹ ਸੌਫਟਵੇਅਰ ਮੰਡੀ ਬੋਰਡ ਕੋਲ ਉਪਲਬਧ ਇਤਿਹਾਸਕ ਅੰਕੜਿਆਂ ਦੇ ਆਧਾਰ 'ਤੇ ਲੋੜੀਂਦੀਆਂ ਪਾਸਾਂ ਦੀ ਖੁਦ ਤਿਆਰੀ ਕਰਦਾ ਰਹੇਗਾ। ਸਾਰੇ ਆੜ੍ਹਤੀਆਂ ਨੂੰ ਕਣਕ ਦੀ ਹਰੇਕ ਟਰਾਲੀ ਲਈ ਇੱਕ ਪਾਸ ਦਿੱਤਾ ਜਾਣਾ ਹੈ। ਹਰੇਕ ਦਿਨ ਭੀੜ ਨੂੰ ਕਾਬੂ 'ਚ ਰੱਖਣ ਲਈ ਆੜ੍ਹਤੀਆਂ ਨੂੰ 3 ਦਿਨ ਪਹਿਲਾਂ ਹੀ ਪਾਸ ਦਿੱਤੇ ਜਾਣੇ ਨੇ। ਇਸ ਤਕਨੀਕ ਨਾਲ ਕਣਕ ਦੀ ਖਰੀਦ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਆਉਣ ਦੀ ਵੀ ਉਮੀਦ ਹੈ। ਉੱਧਰ ਪੰਜਾਬ ਮੰਡੀ ਬੋਰਡ ਦੁਆਰਾ ਇੱਕ ਹੋਰ ਐਪ ਵੀ ਜਿਹੜਾ ਪਲੇ ਸਟੋਰ ਦੇ ਉੱਪਰ ਅਪਲੋਡ ਕੀਤਾ ਹੋਇਆ, ਪਰ ਕਿਸਾਨ ਜਿਹੜੇ ਨੇ ਉਸ ਦੇ ਬਾਰੇ 'ਚ ਵੀ ਕਾਫੀ ਜ਼ਿਆਦਾ ਉਤਸੁਕਤਾ ਨਾਲ ਜਾਣਨਾ ਚਾਹੁੰਦੇ ਨੇ, ਜਿਹੜਾ ਕਿ ਸਹੀ ਤਰੀਕੇ ਨਾਲ ਕਿਸਾਨਾਂ ਦਾ ਕਹਿਣਾ ਕਿ ਉਹ ਕੰਮ ਨਹੀਂ ਕਰ ਰਿਹਾ। ਅੱਗੇ ਜਿਹੜਾ ਮੰਡੀ ਦੇ ਵਿੱਚ ਫਸਲ ਸੰਬੰਧੀ ਅੜਿੱਕਾ ਡਾਉਣ ਵਾਲਿਆਂ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਦੇ ਸਰਕਾਰ ਵੱਲੋਂ ਹੁਕਮ ਜਾਰੀ ਹੋਏ ਨੇ। ਕਣਕ ਦੀ ਨਿਰਵਿਘਨ ਖਰੀਦ ਦੇ ਪ੍ਰਬੰਧਾਂ ਵਿੱਚ ਰੁਕਾਵਟ ਪਾਉਣ ਦੀ ਧਮਕੀ ਦੇਣ ਵਾਲੇ ਲੋਕਾਂ ਪ੍ਰਤੀ ਸਖ਼ਤ ਰੁੱਖ ਅਪਣਾਉਂਦਿਆਂ ਪੰਜਾਬ ਮੰਡੀ ਬੋਰਡ ਨੇ ਸੂਬਾ ਭਰ ਦੀਆਂ ਮਾਰਕੀਟ ਕਮੇਟੀਆਂ ਦੇ ਸਮੂਹ ਸਕੱਤਰਾਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਖਰੀਦ ਕਾਰਜਾਂ ਵਿੱਚ ਅੜਿੱਕਾ ਪਾਉਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਅਨੁਸਾਰ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਆੜ੍ਹਤੀਆਂ ਦੇ ਇੱਕ ਸਮੂਹ ਨੇ ਹਾੜੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਨੇ ਖਰੀਦ ਕਾਰਜਾਂ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੰਡੀ ਬੋਰਡ ਨੇ ਪਹਿਲਾਂ ਹੀ ਇਹੋ ਜਿਹੇ ਆੜ੍ਹਤੀਆਂ ਦੇ ਲਾਇਸੈਂਸ ਰੱਦ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਅਤੇ ਉਹਨਾਂ ਨੂੰ ਆਫ਼ਤ ਪ੍ਰਬੰਧਨ ਐਕਟ 2005 ਦੀਆਂ ਸਖ਼ਤ ਧਾਰਾਵਾਂ ਤਹਿਤ ਅਗਲੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਹੈ। ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੇ ਹੜਤਾਲ 'ਤੇ ਜਾਣ ਦੀ ਧਮਕੀ ਦੇਣ ਵਾਲੇ ਆੜ੍ਹਤੀਆਂ ਕੋਲ ਫਸਲ ਲੈ ਕੇ ਜਾਣ ਵਾਲੇ ਸਾਰੇ ਕਿਸਾਨਾਂ ਦੇ ਪਾਸ ਤੁਰੰਤ ਰੱਦ ਕਰਨ ਅਤੇ ਉਸੇ ਮੰਡੀ ਵਿੱਚ ਕੰਮ ਕਰ ਰਹੇ ਹੋਰ ਆੜ੍ਹਤੀਆਂ ਕੋਲ ਫਸਲ ਲਿਜਾਣ ਲਈ ਇਹਨਾਂ ਕਿਸਾਨਾਂ ਨੂੰ ਪਾਸ ਮੁੜ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਨੇ। ਗੱਲ ਸਮਾਣਾ ਨੇੜੇ ਦੀ, ਜਿੱਥੇ ਇੱਕ ਇਕਾਂਤਵਾਸ 'ਚ ਰੱਖੀ ਔਰਤ ਅਤੇ ਨੌਜਵਾਨ ਫਰਾਰ ਹੋ ਗਏ ਨੇ। ਇਸ ਤੋਂ ਬਾਅਦ 'ਚ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਸਿਹਤ ਵਿਭਾਗ ਵੱਲੋਂ ਪਿੰਡ ਖਾਨਪੁਰ ਗਾੜੀਆਂ ਵਿੱਚ 14 ਦਿਨ ਦੇ ਇਕਾਂਤਵਾਸ ਰੱਖੀ ਇੱਕ ਔਰਤ ਅਤੇ ਇੱਕ ਨੌਜਵਾਨ ਬਿਨਾਂ ਕੋਈ ਸੂਚਨਾ ਦਿੱਤੇ ਹੀ ਫਰਾਰ ਹੋ ਜਾਣ 'ਤੇ ਸਦਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਇਸ ਸੰਬੰਧ ਵਿੱਚ ਸੁਪਰਵਾਈਜ਼ਰ ਵਜੋਂ ਦਫ਼ਤਰ ਪਾਵਰਕਾਮ ਦੇ SDO ਇੰਜੀਨੀਅਰ ਸੁਖਰਾਜ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ਿਵਾਨੀ ਜਿਹੜੀ ਕਿ 35 ਸਾਲਾਂ ਦੀ ਪਤਨੀ ਜਸਪਾਲ ਸਿੰਘ ਪਿੰਡ ਖਾਨਪੁਰ ਗਾੜੀਆਂ ਦੀ ਕੁਝ ਸਮਾਂ ਪਹਿਲਾਂ ਆਪਣੇ ਘਰੋਂ ਚਲੀ ਗਈ ਸੀ ਅਤੇ 9 ਅਪ੍ਰੈਲ ਨੂੰ ਉਹ ਆਪਣੇ ਘਰ ਇੱਕ ਰਿਸ਼ਤੇਦਾਰ ਨੌਜਵਾਨ ਬੋਬੀ ਪੁੱਤਰ ਵੈਰੀ ਸਿੰਘ ਨਾਲ ਦਿੱਲੀ ਤੋਂ ਪਿੰਡ ਵਾਪਸ ਆ ਗਈ ਸੀ ਅਤੇ ਸੂਬੇ ਦੇ ਬਾਹਰ ਪਿੰਡ ਵਿੱਚ ਆਉਣ ਦੀ ਸੂਚਨਾ ਮਿਲਣ 'ਤੇ ਪਹੁੰਚੇ ਸਿਹਤ ਵਿਭਾਗ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਪੜਤਾਲ ਉਪਰੰਤ ਸ਼ਿਵਾਨੀ ਅਤੇ ਉਸ ਦੇ ਨਾਲ ਆਏ ਨੌਜਵਾਨ ਨੂੰ 23 ਅਪ੍ਰੈਲ ਤੱਕ 14 ਦਿਨ ਲਈ ਘਰ ਵਿੱਚ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਇਕਾਂਤਵਾਸ ਦੇ ਦੂਜੇ ਦਿਨ ਹੀ 11 ਅਪ੍ਰੈਲ ਨੂੰ ਰਾਤ ਨੂੰ 10 ਵਜੇ ਸ਼ਿਵਾਨੀ ਬਿਨਾਂ ਪਰਿਵਾਰ ਨੂੰ ਦੱਸੇ ਉਸ ਨੌਜਵਾਨ ਨਾਲ ਘਰੋਂ ਫਰਾਰ ਹੋ ਗਈ ਅਤੇ ਜਾਂਦੇ ਸਾਹਮਣੇ ਆਪਣੀ 1 ਸਾਲਾ ਬੇਟੀ ਨੂੰ ਵੀ ਨਾਲ ਲੈ ਗਈ। ਰਿਸ਼ਤਿਆਂ ਨੂੰ ਕੋਰੋਨਾ ਦੀ ਮਾਰ ਕਿਵੇਂ ਪੈ ਰਹੀ ਹੈ ਇਸ ਦੀ ਉਦਾਹਰਣ ਲੁਧਿਆਣਾ ਤੋਂ ਮਿਲਦੀ ਹੈ, ਜਿੱਥੇ ਪੈਦਲ ਚੱਲ ਕੇ ਭੈਣ ਦੇ ਘਰ ਪਹੁੰਚੇ ਭਰਾ ਨੂੰ ਜਿਹੜਾ ਅੱਗੋਂ ਕੋਰਾ ਜਵਾਬ ਮਿਲਿਆ ਭੈਣ ਅਤੇ ਭਣੂਜੇ ਵੱਲੋਂ। ਕੋਰੋਨਾ ਵਾਇਰਸ ਨੇ ਰਿਸ਼ਤਿਆਂ 'ਚ ਵੀ ਦੂਰੀ ਲਿਆ ਦੇ ਰੱਖ ਦਿੱਤੀ ਹੈ। ਅਜਿਹਾ ਹੀ ਇੱਕ ਮਾਮਲਾ ਟਾਂਡਾ 'ਚੋਂ ਸਾਹਮਣੇ ਆਇਆ, ਜਿੱਥੇ ਲੁਧਿਆਣਾ 'ਚ ਕੰਮ ਕਰਦੇ ਇੱਕ ਨੌਜਵਾਨ ਨੇ ਫੈਕਟਰੀ ਬੰਦ ਹੋਣ ਤੋਂ ਬਾਅਦ ਪੈਦਲ ਚੱਲ ਕੇ ਟਾਂਡਾ 'ਚ ਰਹਿੰਦੀ ਆਪਣੀ ਭੈਣ ਦੇ ਘਰ ਪਹੁੰਚ ਗਿਆ, ਪਰ ਨੌਜਵਾਨ ਦੇ ਜੀਜੇ ਨੇ ਉਸਨੂੰ
ਘਰ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਅਤੇ ਆਖਿਆ ਕਿ ਪਹਿਲਾਂ ਕੋਰੋਨਾ ਵਾਇਰਸ ਦਾ ਟੈਸਟ ਕਰਵਾ ਕੇ ਆਵੇ ਅਤੇ ਫਿਰ ਉਹਨਾਂ ਦੇ ਘਰ 'ਚ ਦਾਖਲ ਹੋਵੇ। ਉੱਥੇ ਹੀ ਮੈਡੀਕਲ ਚੈੱਕਅਪ ਤੋਂ ਬਾਅਦ ਜਦੋਂ ਦੁਬਾਰਾ ਫੋਨ ਕੀਤਾ ਤਾਂ ਭੈਣ ਬੋਲੀ ਕਿ ਕੋਰੋਨਾ ਦਾ ਤੁਰੰਤ ਪਤਾ ਨਹੀਂ ਚੱਲਦਾ, ਇਸ ਲਈ ਸਮਾਂ ਲੱਗਦਾ ਅਤੇ ਤੁਸੀਂ ਵਾਪਸ ਹੀ ਚਲੇ ਜਾਓ। ਕੋਰੋਨਾ ਵਾਇਰਸ ਦੇ ਚੱਲਦੇ ਕੈਨੇਡਾ ਸਰਕਾਰ ਨੇ ਜਿਹੜੀਆਂ ਇਮੀਗ੍ਰੇਸ਼ਨ ਨੀਤੀਆਂ ਨੇ ਉਹ ਸੌਖੀਆਂ ਕਰ ਦਿੱਤੀਆਂ ਨੇ। ਇਸ ਦੇ ਬਾਰੇ 'ਚ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਵਿਸ਼ਵ ਭਰ ਵਿੱਚ ਜਿੱਥੇ ਵੱਡਾ ਸੰਕਟ ਬਣ ਕੇ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਮੱਚੀ ਹਾਹਾਕਾਰ ਦੇ ਚੱਲਦਿਆਂ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਨੀਤੀਆਂ ਵਿੱਚ ਨਰਮਾਈ ਵਰਤਣ ਦਾ ਫੈਸਲਾ ਕੀਤਾ ਅਤੇ ਨਾਲ ਹੀ ਕੁਝ ਸ਼੍ਰੇਣੀ ਦੇ ਲੋਕਾਂ ਦੇ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵੀ ਖਤਮ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਕੰਪਨੀ WWICS ਦੇ ਚੇਅਰਮੈਨ ਅਤੇ ਡਾਇਰੈਕਟਰ ਸੇਵਾ ਮੁਕਤ ਕਰਨਲ BS ਸੰਧੂ ਨੇ ਮੀਡੀਆ ਨੂੰ ਦੱਸਿਆ ਕਿ ਕੈਨੇਡਾ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਇਮੀਗ੍ਰੇਸ਼ਨ ਲਈ ਦਿੱਤੀ ਅਜਿਹੀ ਕਿਸੇ ਵੀ ਅਰਜ਼ੀ ਨੂੰ ਰੱਦ ਨਹੀਂ ਕੀਤਾ ਜਾਵੇਗਾ ਜਿਹਦੇ ਵਿੱਚ ਕੋਈ ਮਾਮੂਲੀ ਕਮੀ ਹੋਵੇਗੀ। ਉਹਨਾਂ ਦੱਸਿਆ ਕਿ ਅਜਿਹੀ ਅਰਜ਼ੀ ਵਾਲੇ ਵਿਅਕਤੀ ਨੂੰ ਲੋੜੀਂਦੇ ਕਾਗਜ਼ ਮੁਹੱਈਆ ਕਰਾਉਣ ਲਈ ਵੱਖਰਾ ਸਮਾਂ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਕੈਨੇਡਾ ਸਰਕਾਰ ਨੇ ਉਹਨਾਂ ਲੋਕਾਂ ਦੇ ਲਈ ਅੰਤਰਰਾਸ਼ਟਰੀ ਯਾਤਰਾ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਨੇ, ਜਿਨ੍ਹਾਂ ਨੂੰ ਕੈਨੇਡਾ ਸਰਕਾਰ ਨੇ 16 ਮਾਰਚ 2020 ਤੱਕ ਕੈਨੇਡਾ ਦੀ ਪੱਕੀ ਨਾਗਰਿਕਤਾ ਦੇ ਦਿੱਤੀ। ਉਹਨਾਂ ਦੱਸਿਆ ਕਿ ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਜਿਹੜੇ ਕਿ ਇਸ ਸਮੇਂ ਕੈਨੇਡਾ ਤੋਂ ਬਾਹਰ ਰਹਿੰਦੇ ਨੇ ਉਹਨਾਂ ਨੂੰ ਆਪਣੀ ਪੜ੍ਹਾਈ ਆਨਲਾਈਨ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ ਅਤੇ ਇਸ ਦੇ ਨਾਲ ਨਾਲ ਇਹ ਵੀ ਵੱਡੀ ਰਾਹਤ ਦਿੱਤੀ ਹੈ ਕਿ ਉਹਨਾਂ ਨੂੰ ਆਨਲਾਈਨ ਪੜ੍ਹਾਈ ਪੂਰੀ ਹੋਣ 'ਤੇ ਵਰਕ ਪਰਮਿਟ ਦੀ ਅਰਜ਼ੀ ਦੇ ਲਈ ਯੋਗ ਸਮਝਿਆ ਜਾਵੇਗਾ। ਅਤੇ ਅੱਗੇ ਗੱਲ ਅਮਰੀਕਾ ਅਤੇ ਬ੍ਰਾਜ਼ੀਲ ਮਗਰੋਂ ਜਿਹੜੀ ਪਾਕਿਸਤਾਨ ਨੇ ਵੀ ਭਾਰਤ ਤੋਂ ਹੁਣ ਮਦਦ ਮੰਗੀ ਹੈ। ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਤੋਂ ਮਲੇਰੀਏ ਲਈ ਹਾਈਡਰੋਕਸੀ ਕਲੋਰੋਕੁਇਨ ਦਵਾਈ ਮੰਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਤੋਂ ਇਲਾਵਾ ਮਲੇਸ਼ੀਆ ਅਤੇ ਤੁਰਕੀ ਨੇ ਵੀ ਇਹ ਦਵਾਈ ਦੀ ਸਪਲਾਈ ਲਈ ਭਾਰਤ ਕੋਲ ਪਹੁੰਚ ਕੀਤੀ ਹੈ। ਇਸ ਦੇ ਨਾਲ ਹੀ ਦਰਅਸਲ ਦੱਸ ਦਈਏ ਕਿ ਮਲੇਰੀਆ ਦੇ ਇਲਾਜ 'ਚ ਵਰਤੀ ਜਾਂਦੀ ਹਾਈਡਰੋਕਸੀ ਕਲੋਰੋਕੁਇਨ ਦਵਾਈ ਦਾ ਭਾਰਤ ਸਭ ਤੋਂ ਵੱਡਾ ਨਿਰਮਾਤਾ ਹੈ। ਵਿਸ਼ਵ 'ਚ ਇਹਨਾਂ ਦਵਾਈਆਂ ਦੇ ਉਤਪਾਦਨ 'ਚ ਭਾਰਤ 'ਚ 70% ਇਸ ਦਾ ਉਤਪਾਦਨ ਹੁੰਦਾ ਹੈ। ਮੰਨਿਆ ਜਾ ਰਿਹਾ ਕਿ ਇਹ ਦਵਾਈ ਕੋਰੋਨਾ ਵਾਇਰਸ ਦੀ ਲਾਗ ਦੇ ਇਲਾਜ 'ਚ ਇੱਕ ਪਾਸਾ ਬਦਲਣ ਵਾਲੀ ਹੈ। ਭਾਰਤ 'ਚ ਹਰ ਮਹੀਨੇ 40 ਟਨ ਹਾਈਡਰੋਕਸੀ ਕਲੋਰੋਕੁਇਨ ਪੈਦਾ ਕਰਨ ਦੀ ਸਮਰੱਥ ਹੈ। ਇਹ 200 ਮਿਲੀਗ੍ਰਾਮ ਦੀ 200 ਮਿਲੀਅਨ ਗੋਲੀਆਂ ਦੇ ਬਰਾਬਰ ਹੈ, ਕਿਉਂਕਿ ਇਹ ਦਵਾਈ ਰੂਮਟਾਈਡ ਆਰਥਰਾਈਟਿਸ ਜਿਹੇ ਜਾਂ ਆਟੋਇਮਨ ਬਿਮਾਰੀ ਦੇ ਇਲਾਜ ਲਈ ਵਰਤੀ ਜਾਂਦੀ ਹੈ। ਅਮਰੀਕਾ ਨੇ ਭਾਰਤੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਅਤੇ ਇਹ ਰਾਹਤ ਉਦੋਂ ਦਿੱਤੀ ਗਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਖੇਪ ਅਮਰੀਕਾ ਕੋਲ ਪਹੁੰਚਦੀ ਕੀਤੀ ਹੈ ਦਵਾਈਆਂ ਦੀ। ਉਸ ਤੋਂ ਬਾਅਦ ਜਿਹੜੇ ਟਰੰਪ ਪ੍ਰਸ਼ਾਸਨ ਕਾਫੀ ਖੁਸ਼ ਹੋਇਆ ਭਾਰਤ ਵੱਲੋਂ ਦਵਾਈਆਂ ਭੇਜਣ ਮਗਰੋਂ। ਅਮਰੀਕੀ ਰਾਸ਼ਟਰਪਤੀ ਟਰੰਪ ਖੁਸ਼ ਨੇ, ਉਹਨਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਮੁਲਕ ਵਿੱਚ ਫਸੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੰਦਿਆਂ H-1B ਵੀਜ਼ਾ ਧਾਰਕਾਂ ਦੇ ਵੀਜ਼ਿਆਂ ਦੀ ਮਿਆਦ ਵਧਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਹਨਾਂ ਵਿੱਚੋਂ ਵੱਡੀ ਗਿਣਤੀ ਭਾਰਤੀ ਪੇਸ਼ੇਕਾਰਾਂ ਨੇ ਅਮਰੀਕਾ ਵਿੱਚ ਉਹਨਾਂ ਦੀ ਠਹਿਰ ਦੀ ਮਿਆਦ ਵਧਾਉਣ ਸੰਬੰਧੀ ਅਰਜ਼ੀ ਦਿੱਤੀ ਸੀ। ਦੱਸ ਦਈਏ ਕਿ ਭਾਰਤ ਵੱਲੋਂ ਦਵਾਈਆਂ ਰੋਕਣ ਕਰਕੇ ਟਰੰਪ ਮੋਦੀ ਨਾਲ ਖਫਾ ਹੋ ਗਏ ਸਨ। ਉਹਨਾਂ ਨੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਤੱਕ ਦੇ ਦਿੱਤੀ ਸੀ। ਇਸ ਕਰਕੇ ਪ੍ਰਵਾਸੀ ਭਾਰਤੀਆਂ ਦੇ ਸਾਹ ਸੁੱਕ ਗਏ ਸਨ ਟਰੰਪ ਦੀ ਧਮਕੀ ਮਗਰੋਂ। ਭਾਰਤ ਸਰਕਾਰ ਨੇ ਅਮਰੀਕਾ ਨੂੰ ਦਵਾਈਆਂ ਦੇ ਖੇਪ ਭੇਜ ਦਿੱਤੀ ਸੀ। ਇਸ ਦੇ ਇਵਜ਼ ਵਿੱਚ ਅਮਰੀਕਾ ਨੇ ਭਾਰਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਯਾਦ ਰਹੇ ਕਿ H-1B ਵੀਜ਼ਾ ਗੈਰ ਪ੍ਰਵਾਸੀ ਵੀਜ਼ਾ ਹੈ, ਜਿਸ ਦੇ ਤਹਿਤ ਵਿਦੇਸ਼ੀ ਮੂਲ ਦੇ ਇਹਨਾਂ ਵੀਜ਼ਾ ਧਾਰਕਾਂ ਨੂੰ ਅਮਰੀਕੀ ਕੰਪਨੀਆਂ ਵਿੱਚ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਂਦੀ ਹੈ। ਉਂਝ H-1B ਵੀਜ਼ੇ ਲਈ ਸਿਧਾਂਤਕ ਜਾਂ ਤਕਨੀਕੀ ਮਾਹਿਰ ਹੋਣ ਦੀ ਸ਼ਰਤ ਲਾਜ਼ਮੀ ਹੈ। ਪੰਜਾਬ 'ਚ ਨਸ਼ਾ ਪੀੜਿਤ ਮਰੀਜ਼ਾਂ ਲਈ ਚੰਗੀ ਖਬਰ ਹੈ। ਹੁਣ ਨਸ਼ਾ ਪੀੜਿਤ ਮਰੀਜ਼ ਜਿਹੜੇ ਨੇ ਉਹ ਘਰ ਲਿਜਾ ਸਕਣਗੇ 21 ਦਿਨਾਂ ਦੀ ਦਵਾਈ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਕਰਫਿਊ ਦੌਰਾਨ 26,000 ਤੋਂ ਵੱਧ ਦੀ ਗਿਣਤੀ 'ਚ ਨਵੇਂ ਨਸ਼ਾ ਪੀੜਿਤ ਸ਼ਾਮਲ ਹੋਏ ਨੇ। ਇਸ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਹਰ ਜ਼ਿਲ੍ਹੇ 'ਚ ਮਰੀਜ਼ਾਂ ਦੇ ਇਲਾਜ ਲਈ ਲਗਾਤਾਰ ਦਵਾਈਆਂ ਭੇਜੀਆਂ ਜਾ ਰਹੀਆਂ ਨੇ ਤਾਂ ਜੋ ਕਿਸੇ ਵੀ ਪੱਧਰ 'ਤੇ ਇਲਾਜ ਸੇਵਾਵਾਂ ਪ੍ਰਭਾਵਿਤ ਨਾ ਹੋਣ। ਇਸ ਦਾ ਗੱਲ ਦਾ ਖੁਲਾਸਾ ਸਿਹਤ ਅਤੇ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਸ ਦੇ ਬਾਬਤ 'ਚ ਕਾਫੀ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਉਹਨਾਂ ਨੇ ਅੱਗੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਨਸ਼ਿਆਂ ਦੇ ਪੀੜਤ ਮਰੀਜ਼ਾਂ ਲਈ ਵੱਡੀ ਰਾਹਤ ਵਜੋਂ ਪੰਜਾਬ ਸਰਕਾਰ ਨੇ
198 ਓਟ ਕਲੀਨਿਕ, 35 ਸਰਕਾਰੀ ਨਸ਼ਾ ਛੁਡਾਊ ਕੇਂਦਰ ਅਤੇ 108 ਲਾਇਸੈਂਸ ਸ਼ੁਦਾ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਵੱਲੋਂ ਮੁਲਾਂਕਣ ਤੋਂ ਬਾਅਦ ਰਜਿਸਟਰ ਮਰੀਜ਼ਾਂ ਨੂੰ ਬੁਪਰੋਨੋਰਫਿਨ ਅਤੇ ਨਰੋਕਸੋਨ ਦਵਾਈਆਂ ਦੀ ਡੋਜ਼ ਘਰ ਲਿਜਾਣ ਦੀ ਸਹੂਲਤ ਦੇਣ ਦੀ ਮਨਜ਼ੂਰੀ ਦਿੱਤੀ ਹੈ। ਵਿਗਿਆਨੀਆਂ ਦੇ ਇੱਕ ਟੀਮ ਦਾ ਕਹਿਣਾ ਕਿ 2022 ਤੱਕ ਕਰਨੀ ਪਵੇਗੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ, ਮੌਸਮੀ ਬਿਮਾਰੀ ਬਣ ਜਾਵੇਗਾ ਕਰੋਨਾ ਵਾਇਰਸ, ਇਹ ਇੱਕ ਸਟੱਡੀ ਦੇ ਵਿੱਚ ਦੱਸਿਆ ਗਿਆ। ਗੱਲ ਅਨਾਜ ਮੰਡੀਆਂ ਦੀ ਕਰੀਏ ਤਾਂ ਪਹਿਲੇ ਦਿਨ ਹੀ ਆੜ੍ਹਤੀਆਂ ਦਾ ਲਾਇਸੈਂਸ ਰੱਦ ਹੋਇਆ, ਸਰਕਾਰੀ ਆਦੇਸ਼ਾਂ ਦੇ ਉਲਟ ਕਰ ਰਿਹਾ ਸੀ ਇਹ ਆੜ੍ਹਤੀਆਂ ਕੰਮ। ਗੱਲ ਹੈ ਜਲਾਲਾਬਾਦ ਦੀ, ਜਿੱਥੇ ਜਲਾਲਾਬਾਦ ਦੀ ਮਾਰਕੀਟ ਕਮੇਟੀ ਦੇ ਅਧੀਨ ਪੈਂਦੇ ਫੋਗਲ ਪੁਆਇੰਟ ਵਿੱਚ ਮੈਸਰਜ ਗਗਨ ਟ੍ਰੇਨਿੰਗ ਕੰਪਨੀ ਦੀ ਮੰਡੀ ਘੁਬਾਇਆ ਦੇ ਆੜ੍ਹਤੀ ਨੇ ਬਿਨਾਂ ਪਾਸ ਦੇ ਕਿਸਾਨ ਦੀ ਫਸਲ ਨੂੰ ਆਪਣੇ ਫੜ ਉੱਤੇ ਸੁਟਵਾ ਕੇ ਉਸ ਦੀ ਸਾਫ਼ ਸਫਾਈ ਕਰਕੇ ਬੋਰੀਆਂ ਵਿੱਚ ਭਰ ਦਿੱਤੀ। ਇਸ ਬਾਰੇ ਸੂਚਨਾ ਮਿਲਦੇ ਹੀ ਸਾਰੀ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਆੜ੍ਹਤੀ ਦਾ ਲਾਇਸੈਂਸ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ। ਗੱਲ ਕਰਫਿਊ ਦੌਰਾਨ ਵਿਆਹ ਸ਼ਾਦੀਆਂ ਦੀ, ਅਤੇ ਵਿਆਹ ਵੀ ਬੜੇ ਅਜੀਬ ਤਰੀਕੇ ਦਾ, ਜਿਹੜਾ ਰਾਤ ਨੂੰ ਸਪੈਸ਼ਲ ਕੋਰਟ ਖੋਲ੍ਹ ਕੇ ਕਰਵਾਇਆ ਗਿਆ। ਮਾਮਲਾ ਹਰਿਆਣੇ ਦਾ, ਅਤੇ ਲਾੜੀ ਜਿਹੜੀ ਹੈ ਉਹ ਮੈਕਸੀਕੋ ਤੋਂ ਆਈ ਸੀ। ਦੇਸ਼ ਵਿੱਚ ਚੱਲ ਰਹੇ ਤਾਲਾਬੰਦੀ ਕਾਰਨ ਬਹੁਤ ਸਾਰੇ ਲੋਕਾਂ ਨੇ ਵਿਆਹ ਬੰਦ ਕਰ ਦਿੱਤੇ। ਉਸੇ ਸਮੇਂ ਲੋਕਾਂ ਨੇ ਵਿਦੇਸ਼ ਜਾਣ ਤੋਂ ਵੀ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ। ਅਜਿਹੇ ਸਮੇਂ ਇੱਕ ਰੋਹਤਕ ਦਾ ਨੌਜਵਾਨ ਇੱਕ ਵਿਦੇਸ਼ੀ ਔਰਤ ਨੂੰ ਪਿਆਰ ਜਿਹੜਾ ਕਰਦਾ ਸੀ, ਰੋਹਤਕ ਦੇ ਨੌਜਵਾਨ ਦੀ 3 ਸਾਲ ਪਹਿਲਾਂ ਮੈਕਸੀਕੋ ਦੀ ਲੜਕੀ ਨਾਲ ਔਨਲਾਈਨ ਦੋਸਤੀ ਹੋਈ। ਤਾਲਾਬੰਦੀ ਵਿੱਚ ਦੋਵਾਂ ਨੇ ਸੋਮਵਾਰ ਦੀ ਰਾਤ ਨੂੰ 8 ਵਜੇ ਰੋਹਤਕ ਦੀ ਜ਼ਿਲ੍ਹਾ ਮੈਜਿਸਟਰੇਟ ਦੀ ਅਦਾਲਤ ਵਿੱਚ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਦੱਸ ਦਈਏ ਕਿ ਇਹ ਵਿਆਹ ਤਾਲਾਬੰਦੀ ਜਾਰੀ ਰਹਿਣ ਕਾਰਨ ਫਸਿਆ ਹੋਇਆ ਸੀ। ਰੋਹਤਕ ਸੂਰੀਆ ਕਲੋਨੀ ਦੇ ਨਿਰੰਜਨ ਕਸ਼ਯਪ ਨੇ ਦੋਵਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਡਿਪਟੀ ਕਮਿਸ਼ਨਰ RS ਵਰਮਾ ਦੇ ਦਫ਼ਤਰ ਵਿੱਚ ਆਪਣੀ ਦਰਖਾਸਤ ਦਾਇਰ ਕੀਤੀ ਅਤੇ ਰਾਤ 8 ਵਜੇ ਦਫ਼ਤਰ ਖੋਲ੍ਹਿਆ ਅਤੇ ਦੋਵਾਂ ਦਾ ਵਿਆਹ ਕਰਵਾਇਆ। ਹੁਣ ਗੱਲ ਕਰਦੇ ਹਾਂ ਆਪਾਂ ਆਉਣ ਵਾਲੇ ਸਮੇਂ ਦੀ, ਇਸ ਸੀਜ਼ਨ ਦੌਰਾਨ ਜਿਹੜਾ ਪੂਰੇ ਸੀਜ਼ਨ 'ਚ ਮੌਸਮ ਕਿਵੇਂ ਰਹੇਗਾ। ਇਸ ਦੀ ਜਿਹੜੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ, ਬੁੱਧਵਾਰ ਨੂੰ ਇਸ ਸਾਲ ਦੇ ਪਹਿਲੇ ਦੱਖਣ ਪੱਛਮੀ ਮਾਨਸੂਨ ਦੀ ਭਵਿੱਖਬਾਣੀ ਜਾਰੀ ਕੀਤੀ। ਇਸ ਸਾਲ ਬੱਦਲ ਛਾਏ ਰਹਿਣਗੇ। IMD ਨੇ 100% ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਧਰਤੀ ਵਿਗਿਆਨ ਮੰਤਰਾਲੇ ਦੇ ਸਚਿਵ ਮਾਧਵਨ ਰਾਜੀਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਨਸੂਨ ਸੀਜ਼ਨ 2020 ਦੌਰਾਨ ਮਾਡਲ ਦੀ ਗਲਤੀ ਕਾਰਨ +5 ਜਾਂ -5% ਦੀ ਗਲਤੀ ਨਾਲ ਮੌਨਸੂਨ ਦੀ ਬਾਰਿਸ਼ ਇਸ ਦੇ ਲੰਬੇ ਸਮੇਂ ਦੇ ਔਸਤ ਦੇ 100% ਹੋਣ ਦੀ ਉਮੀਦ ਹੈ। ਇਸ ਵਾਰੀ ਮਾਨਸੂਨ 10 ਦਿਨ ਦੇਰ ਨਾਲ ਰਵਾਨਾ ਹੋਵੇਗਾ। ਇਹ ਤਬਦੀਲੀਆਂ ਮੌਸਮ ਵਿੱਚ ਆਈਆਂ ਤਬਦੀਲੀਆਂ ਕਾਰਨ ਵੇਖੀਆਂ ਗਈਆਂ ਨੇ। 4 ਮਹੀਨਿਆਂ ਦਾ ਦੱਖਣ ਪੱਛਮੀ ਮਾਨਸੂਨ ਆਮ ਤੌਰ 'ਤੇ 1 ਜੂਨ ਤੋਂ ਕੇਰਲਾ ਤੋਂ ਸ਼ੁਰੂ ਹੁੰਦਾ ਹੈ। ਇਹ ਖੇਤੀਬਾੜੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੇਸ਼ ਵਿੱਚ ਸਾਲਾਨਾ 75% ਵਰਖਾ ਇਸ ਮੌਨਸੂਨ ਤੋਂ ਹੁੰਦੀ ਹੈ। ਸਾਉਣੀ ਦੀਆਂ ਫਸਲਾਂ ਜਿਵੇਂ ਝੋਨਾ, ਮੋਟੇ ਅਨਾਜ, ਦਾਲਾਂ ਅਤੇ ਤੇਲ ਬੀਜਾਂ ਲਈ ਵੀ ਦੱਖਣ ਪੱਛਮੀ ਮਾਨਸੂਨ ਮਹੱਤਵਪੂਰਨ ਹੈ। IMD ਨੇ 15 ਅਪ੍ਰੈਲ 2019 ਨੂੰ ਮਾਨਸੂਨ 2019 ਲਈ ਆਪਣੀ ਭਵਿੱਖਬਾਣੀ ਜਾਰੀ ਕੀਤੀ। 4 ਮਹੀਨਿਆਂ ਦਾ ਦੱਖਣ ਪੱਛਮੀ ਮਾਨਸੂਨ ਆਮ ਤੌਰ 'ਤੇ 1 ਜੂਨ ਤੋਂ ਕੇਰਲਾ ਤੋਂ ਸ਼ੁਰੂ ਹੁੰਦਾ ਹੈ। ਇਹ ਖੇਤੀਬਾੜੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੇਸ਼ ਵਿੱਚ ਸਾਲਾਨਾ 75% ਵਰਖਾ ਇਸ ਮੌਨਸੂਨ ਤੋਂ ਹੁੰਦੀ ਹੈ। ਸਾਉਣੀ ਦੀਆਂ ਫਸਲਾਂ ਜਿਵੇਂ ਝੋਨਾ, ਮੋਟੇ ਅਨਾਜ, ਦਾਲਾਂ ਅਤੇ ਤੇਲ ਬੀਜਾਂ ਲਈ ਵੀ ਦੱਖਣ ਪੱਛਮੀ ਮਾਨਸੂਨ ਮਹੱਤਵਪੂਰਨ ਹੈ। IMD ਨੇ 15 ਅਪ੍ਰੈਲ 2019 ਨੂੰ ਮਾਨਸੂਨ 2019 ਲਈ ਆਪਣੀ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਲੰਮੇ ਸਮੇਂ ਦੀ ਔਸਤ ਦੇ ਮੁਕਾਬਲੇ 96% ਮਾਨਸੂਨ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ। ਇਹਦੇ ਵਿੱਚ 5% ਦਾ ਗਲਤੀ ਦਾ ਫਰਕ ਵੀ ਰੱਖਿਆ ਸੀ। 4 ਮਹੀਨਿਆਂ ਦੇ ਮੌਨਸੂਨ ਮੌਸਮ ਵਿੱਚ 887 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਪਿਛਲੇ ਸਾਲ ਇੰਨੀ ਬਾਰਿਸ਼ ਨਹੀਂ ਸੀ ਹੋਈ। ਇਹ ਵੀ ਦੱਸ ਦਈਏ ਕਿ ਭਾਰਤੀ ਮੌਸਮ ਵਿਭਾਗ ਨੇ ਜੂਨ ਅਤੇ ਸਤੰਬਰ ਦੇ ਵਿਚਕਾਰ ਮੌਨਸੂਨ ਬਾਰਿਸ਼ ਦੀ ਭਵਿੱਖਬਾਣੀ 2 ਪੜਾਵਾਂ ਵਿੱਚ ਜਾਰੀ ਕੀਤੀ ਹੈ। ਪਹਿਲੀ ਭਵਿੱਖਬਾਣੀ ਅਪ੍ਰੈਲ ਵਿੱਚ ਜਾਰੀ ਕੀਤੀ ਗਈ ਅਤੇ ਦੂਜਾ ਅਨੁਮਾਨ ਜੂਨ ਵਿੱਚ ਜਾਰੀ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਮਾਨਸੂਨ ਦੀ ਭਵਿੱਖਬਾਣੀ ਜਾਰੀ ਕਰਨ ਲਈ ਅੰਕੜਿਆਂ ਦੇ ਯੋਗ ਕਾਸਟਿੰਗ ਪ੍ਰਣਾਲੀ ਦੀ ਵਰਤੋਂ ਕਰ ਸਕਦੇ ਨੇ।